ਲੁਧਿਆਣਾ ਦੇ ਨਜ਼ਦੀਕ ਮੁੱਲਾਪੁਰ ਦੇ ਵਿੱਚ PCTE ਕਾਲਜ ਤੋਂ ਇੱਕ ਮਨਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ BCOM ਫਸਟ ਈਅਰ ਦੇ ਸਟੂਡੈਂਟ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਸੋ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਿਸ ਸਟੂਡੈਂਟ ਦੀ ਪਛਾਣ ਕੀਤੀ ਗਈ ਉਸਦਾ ਨਾਮ ਸ਼ਮਸ਼ੇਰ ਸਿੰਘ ਗਰੇਵਾਲ ਦੱਸਿਆ ਜਾ ਰਿਹਾ, ਜੋ ਕਿ ਲੁਧਿਆਣੇ ਦਾ ਰਹਿਣ ਵਾਲਾ ਸੀ। ਸੋ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਐਗਜ਼ਾਮ ਦੇ ਦੌਰਾਨ ਪ੍ਰੀਖਿਆ ਦੇ ਦੌਰਾਨ ਉਸਨੂੰ ਨਕਲ ਕਰਦੇ ਹੋਏ ਫੜ ਲਿਆ ਗਿਆ ਸੀ, ਉਸ ਤੋਂ ਬਾਅਦ ਉਹ 7ਵੀਂ ਮੰਜ਼ਿਲ 'ਤੇ ਚਲਿਆ ਜਾਂਦਾ ਔਰ ਖੁਦਕੁਸ਼ੀ ਕਰ ਲੈਂਦਾ, ਛਲਾਂਗ ਲਗਾ ਲੈਂਦਾ 7ਵੀਂ ਮੰਜ਼ਿਲ ਤੋਂ ਔਰ ਮੌਕੇ 'ਤੇ ਹੀ ਉਸਦੀ ਮੌਤ ਹੋ ਜਾਂਦੀ ਹੈ। ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ, ਜਾਂਚ ਜਿਹੜੀ ਹੈ ਜਾਰੀ ਹੈ, ਜਾਂਚ ਤੋਂ ਬਾਅਦ ਹੀ ਸਹੀ ਤੱਥ ਜਿਹੜੇ ਸਾਹਮਣੇ ਆਉਣਗੇ। ਪਰ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ PCTE ਕਾਲਜ ਦੇ ਇੱਕ ਸਟੂਡੈਂਟ ਨੇ, ਜੋ ਕਿ BCOM ਫਸਟ ਈਅਰ ਦਾ ਸਟੂਡੈਂਟ ਸੀ, ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਐਗਜ਼ਾਮ ਦੇ ਦੌਰਾਨ ਨਕਲ ਕਰਦਾ ਫੜਿਆ ਗਿਆ, ਉਸ ਤੋਂ ਬਾਅਦ ਇਹ ਕਹਿ ਸਕਦੇ ਹਾਂ ਕਿ 7ਵੀਂ ਮੰਜ਼ਿਲ 'ਤੇ ਜਾ ਕੇ ਉਸਨੇ ਛਲਾਂਗ ਲਗਾਈ ਔਰ ਛਲਾਂਗ ਲਗਾਉਣ ਤੋਂ ਬਾਅਦ ਉਸਦੀ ਮੌਤ ਹੋ ਗਈ। ਸੋ ਬੇਹੱਦ ਮੰਦਭਾਗੀ ਇਹ ਖਬਰ ਜਿਹੜੀ ਹੈ ਸਾਹਮਣੇ ਆਈ ਹੈ। ਕੀ ਅਹਿਮ ਸੱਚਾਈ ਹੈ ਉਹ ਸਾਰੀ ਜਾਂਚ ਪੁਲਿਸ ਜਿਹੜੀ ਹੈ ਕਰ ਰਹੀ ਹੈ, ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਅਸਲ ਕਾਰਨ ਰਿਹਾ ਜੋ ਉਸਨੇ ਸੁਸਾਈਡ ਕਮਿਟ ਕੀਤੀ।